ਐਸੀ ਪਖੀ ਹਾਂ ਮੈਂ ਨਾ ਛੇੜੇ ਤਾਂ ਚੰਗਾ ਏ ਤੂੰ ਦੀਵਾ ਇੱਕ 부ਝਾਵੇਂਗਾ ਮੈਂ ਹਜ਼ਾਰ ਬਨ ਜਾਂਗੀ ਬਜੇਤਾ ਭਾਰਦवाज 2023 ਵਿੱਚ ਆਪਣੇ ਤੀਜੇ ਕਾਵ ਸੰਗ੍ਰਹਿ ਸਮੇ ਦੇ ਨੈਣਾ ਚੋਂ ਲੈ ਕੇ ਸਾਡੇ ਸਾਹਮਣੇ ਪੇਸ਼ ਹੁੰਦੀ ਏ ਵਿਜੇਤਾ ਜਿੱਥੇ ਸਵੇਦਨਸ਼ੀਲ ਕਵਿਤਰੀ ਦੇ ਰੂਪ ਵਿੱਚ ਨਜ਼ਰ ਆਉਂਦੀ ਏ ਉੱਥੇ ਉਹ ਇੱਕ ਜਾਗਰੂਕ ਔਰਤ ਦੇ ਤੌਰ ਤੇ ਨਵਾਂ ਕਦਮ ਪੁੱਟਦੀ ਏ ਉਹ ਆਖਦੀ ਏ ਸਮੇਂ ਦੇ ਨੈਣਾ ਚੋਂ ਡਿੱਗਦੇ ਹੰਝੂ ਮੈਂ ਵੇਖੇ ਤਾਂ ਸਹੀ ਪਰ ਰੋਕ ਨਾ ਸਕੀ ਸਮੇਂ ਰਾਹੀਂ ਉਹ ਅੱਜ ਦੇ ਸਮਾਜ ਦੇ ਵਰਤਾਰਿਆਂ ਤੇ ਝਾਤ ਪਾਉਂਦੀ ਏ ਅਤੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਦੀ ਏ ਉਹ ਆਖਦੀ ਏ ਕੁਝ ਕਰ ਨਹੀਂ ਸਕਦੀ ਇਹ ਤੇਰੀ ਗਲਤ ਫਹਿਨੀ ਏ ਮੈਂ ਅੱਜ ਦੀ ਔਰਤਾਂ ਸਭ ਦੀ ਆਵਾਜ਼ ਬਣ ਜਾਾਂਗੀ ਆਓ ਇਸ ਕਾਵ ਸੰਗ੍ਰਹਿ ਨੂੰ ਪੜਿਓ ਜਿਸ ਨੇ ਵਿਜੇਤਾ ਭਾਰਦਵਾਜ ਨੂੰ ਕਾਵਿਕ ਜਗਤ ਦਾ ਹਿੱਸਾ ਬਣਾਇਆ ਇਸ ਨੂੰ ਕੈਫੇ ਵਰਲਡ ਨੇ ਛਾਪਿਆ ਹੈ ਮੈਡਮ ਵਿਜੇਤਾ ਜੀ ਨੂੰ ਆਪਣੇ ਪਾਠਕਾਂ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ